से स्पेशल रिपोर्ट कैमरामैन सनी सैनल के साथ। 7 दिन पहले हुए हैप्पी नामक युवक की हत्या के बाद आज तक पुलिस उसके हत्यारों के गिरोह तक नहीं पहुंच पाई। हैप्पी के घर वालों ने कहा कि राजनीतिक दबाव के चलते पुलिस नहीं कर रही है हत्यारों को गिरफ्तार। अगर जल्द से जल्द पुलिस नहीं करेगी गिरफ्तार आरोपियों को तो हम करेंगे शहर में चक्का जाम। आज चलते हैं, आज उनकी ही सुनते हैं जुगल। कोई भी रिमांड नहीं लेता है कतल होया शरे आम मार गए गोलियां तो कृपाना तो अज 7वां दिन कोई फड़िया नहीं गया। 2 मुंडे फड़े गए उन्होंने बयान दिता। वो पुलिस वाले ने कहा तुहाडा की मतलब इहदे नाल सीगा कहिंदे एक छोटा जिहा बच्चा थले आया सीगा बस ओही आ कोई साडी खुंदा कवाजी नहीं। 7:45 शरेआम मार गए उहनूं हजे तिकर 7 दिन हो गए कल नूं 8वां दिन हो जाणा उहनूं हजे तिकर कोई फड़िया नहीं जाणा। जिहड़े 2 फड़े गए आ उह पूरा पूरा नां निशान उहनां दा दस्सण डे कि इह मुंडे साडे नाल आ ग्रुप 20-25 मुंडे असी तो ओहदे च 2 ही मुंडे फड़े गए हजे उन्होंने भी आराम नाल बिठाया कोई रिमांड नहीं लिता। वह कूरियां बटन डे आ सानू नाले जे असी उत्थे चक्का जाम गए पुलिस ने सानू धक्के दिते जाओ नहीं तो तुहाडे ते परचा पा देवांगे अंदर से कोई सुनाई नहीं होण डई साडी। ਤੁਸੀਂ ਕਹਿ ਰਹੇ ਹੋ ਕਿ ਪ੍ਰੈਸ਼ਰ ਪੋਲੀਟੀਕਲ ਪ੍ਰੈਸ਼ਰ ਹੈਗਾ ਕਿਹੜੇ ਕਿਸ ਨੇਤਾ ਦਾ ਪੋਲੀਟੀਕਲ ਪ੍ਰੈਸ਼ਰ ਹੈਗਾ ਕਿਹਦਾ ਇਹ ਨਹੀਂ ਸਾਨੂੰ ਪਤਾ ਅਸੀਂ ਕੁਝ ਨਹੀਂ ਹੈ ਇਸ ਬਾਰੇ ਕਿਹੜੀ ਪਾਰਟੀ ਦਾ ਸਾਨੂੰ ਕੁਝ ਨਹੀਂ ਪਤਾ ਅਸੀਂ ਕਿਉਂ ਗਏ ਅਸੀਂ ਕਿਸੇ ਪਾਰਟੀ ਦਾ ਨਾਮ ਸਾਡਾ ਬੱਚਾ ਕਰੋ ਗਿਆ ਮੁੜ ਕੇ ਵਾਪਸ ਨਹੀਂ ਆਇਆ 5 ਮਿੰਟ ਦੀ ਗੇਮ ਹੋਈ ਆਏ 5 ਮਿੰਟ ਚ 3-4 ਮਿੰਟ ਦੀ ਲੜਾਈ ਹੋਈ ਆ ਸਾਰੇ ਮੰਡੀ ਵਾਲੇ ਕਹਿੰਦੇ ਪਏ ਆ 3-4 ਮਿੰਟ ਦੀ ਉਹ ਖਜੂਰਾ ਲੈਂਦਾ ਪਿਆ ਸੀ ਖਜੂਰਾ ਚੱਕਣ ਲਾਇਆ ਸੀ ਇੰਨੇ ਚ ਉਹ ਛੁਰੀਆਂ ਮਾਰ ਦਿੱਤੀਆਂ ਕਿਰਪਾਨਾਂ ਮਾਰੀਆਂ ਉਹਦੇ ਹੁਣ ਤੁਸੀਂ ਪ੍ਰਸ਼ਾਸਨ ਦੇ ਵਿੱਚ ਹਾਂਜੀ ਅਸੀਂ ਇਨਸਾਫ ਚਾਹੀਦਾ ਉਹਨਾਂ ਨੂੰ ਸਜ਼ਾ ਚਾਹੀਦੀ ਆ ਜਿਹੜੇ 2 ਬੱਚੇ ਫੜੇ ਆ ਉਹਨਾਂ ਦਾ ਰਿਮਾਂਡ ਲਓ ਉਹਨਾਂ ਨੂੰ ਲੈ ਕੇ ਜਾਓ ਘਰ ਉਹਨਾਂ ਨੂੰ ਪਤਾ ਹੋਣਾ ਸਾਰਾ ਦੋਸਤਾਂ ਦਾ ਘਰ ਜਿਹੜੇ ਵਿਚਾਰੇ ਨਜਾਇਜ਼ ਚੁੱਕਣ ਡੇ ਉਹਨਾਂ ਨੂੰ ਨਾ ਨਜਾਇਜ਼ ਦੁਖੀ ਕਰੋ ਜਿਹੜੇ 2 ਗਵਾਹ ਤੁਹਾਡੇ ਸਕੂਲ ਆ ਥਾਣੇ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਓ ਦੁਨੀਆ ਕਿਉਂ ਦੁਖੀ ਕਰਨ ਦਾ ਤੁਸੀਂ ਬੋਲੋ ਸਾਨੂੰ ਨਾਮ ਦੱਸਿਓ ਉਹਨਾਂ ਦੇ ਉਹਨਾਂ ਨੇ ਸਾਫ ਨਾਮ ਦੱਸੇ ਫਲਾਣਾ ਫਲਾਣਾ ਸਾਡੇ ਨਾਲ ਸੀਗਾ ਫੇਰ ਦੁਨੀਆ ਨੂੰ ਦੁਖੀ ਕਰਨ ਦਾ ਆ ਸਾਨੂੰ ਇਨਸਾਫ ਚਾਹੀਦਾ ਕੱਲ ਤੱਕਰ ਨਹੀਂ ਤਾਂ ਅਸੀਂ ਚੱਕਾ ਜਾਮ ਕਰਾਂਗੇ ਜੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਫੇਰ ਤੁਸੀਂ ਕੀ ਐਕਸ਼ਨ ਲਓਗੇ ਅਸੀਂ ਚੱਕਾ ਜਾਮ ਕਰਾਂਗੇ ਭੁੱਖ ਹੜਤਾਲ ਦੇ ਪੈ ਜਾਵਾਂਗੇ ਇੱਕ ਅੱਧਾ ਅਸੀਂ ਵੀ ਮਰ ਜਾਵਾਂਗੇ ਨਾਲ ਅਸੀਂ ਮਾਂ ਵੀ ਮਾਵਾਂ ਵੀ ਮਰ ਜਾਊਗੀਆਂ ਨਾਲ भतीजा भी है